ਵੇਖ ਲਓ ਵੇਖ ਲਓ ਵੇਖ ਲਓ, ਜੇਕਰ ਤੁਹਾਡੇ ਕੋਲ ਵੀ ਹੈ ਸਨਰੂਫ ਵਾਲੀ ਗੱਡੀ ਤੇ ਇਸ ਵੀਡੀਓ ਨੂੰ ਦੇਖ ਲਓ, ਕਿਉਂਕਿ ਸਨਰੂਫ ਤੋਂ ਬਾਹਰ ਝਾਕਣਾ, ਬਾਹਰ ਨਿਕਲਣਾ, ਗੱਡੀ ਤੇ ਲਟਕਣਾ ਤੇ ਵੀਡੀਓ ਬਣਾਉਣਾ ਜੁਰਮ ਹੈ, ਜੁਰਮ ਹੈ, ਜੁਰਮ ਹੈ। ਬਰਨਾਲਾ ਪੁਲਿਸ ਦੇ ਵੀਡੀਓ ਵਾਇਰਲ ਹੋਣ ਤੋਂ ਬਾਅਦ ਉਹਨਾਂ ਨੌਜਵਾਨਾਂ ਨੂੰ ਚੁਣ ਚੁਣ ਕੇ ਘਰੋਂ ਲੱਭਿਆ ਹੈ, ਜੋ ਕਿ ਸਨਰੂਫ ਵਾਲੀ ਗੱਡੀ 'ਚ ਰੀਲਾਂ ਬਣਾ ਰਹੇ ਸੀ। ਉੱਥੋਂ ਬਾਹਰ ਨਿਕਲਦੇ ਸੀ, ਕੋਈ ਸਨਰੂਫ ਤੋਂ ਬਾਹਰ ਨਿਕਲ ਰਿਹਾ ਸੀ, ਕੋਈ ਬਾਰੀਆਂ 'ਚੋਂ ਨਿਕਲ ਰਿਹਾ ਸੀ ਅਤੇ ਕੋਈ ਬੁਲਟ 'ਤੇ ਪਾ ਰਿਹਾ ਸੀ ਪਟਾਕੇ। ਸੋ ਇਹ ਵੀਡੀਓ ਵਾਇਰਲ ਹੋਈ, ਜਿਸ ਤੋਂ ਬਾਅਦ ਬਰਨਾਲਾ ਪੁਲਿਸ ਨੇ ਇਕੱਲਾ ਇਕੱਲਾ ਘਰੋਂ ਲੱਭਿਆ ਅਤੇ ਲੱਭਣ ਤੋਂ ਬਾਅਦ ਕਰ ਦਿੱਤੀ ਕਾਰਵਾਈ ਅਤੇ ਹੁਣ ਹੋ ਗਈ ਹੈ ਗ੍ਰਿਫਤਾਰੀ। ਆਖਿਰਕਾਰ ਕੀ ਹੈ ਪੂਰਾ ਮਾਮਲਾ, ਆਓ ਤੁਹਾਨੂੰ ਦਿਖਾਉਂਦੇ ਹਾਂ ਕਿ ਕਿਵੇਂ ਰੀਲਾਂ ਬਣਾਉਣ ਵਾਲੇ ਆ ਗਏ ਨੇ ਕਾਬੂ। ਅਤੇ ਇਹ ਖਬਰ ਉਹਨਾਂ ਵਾਸਤੇ ਵੀ ਸਬਕ ਹੈ ਜਿਨ੍ਹਾਂ ਕੋਲ ਸਨਰੂਫ ਵਾਲੀ ਗੱਡੀ ਹੈ, ਸਨਰੂਫ ਤੋਂ ਬਾਹਰ ਨਿਕਲਣਾ ਚੜ੍ਹਦੀ ਗੱਡੀ 'ਚ ਜੁਰਮ ਹੈ, ਜੁਰਮ ਹੈ, ਜੁਰਮ ਹੈ। ਦੈਨਿਕ ਮੇਲ ਪੰਜਾਬੀ ਟੀਵੀ ਦੇ ਲਈ ਜਤਿੰਦਰ ਪਾਲ, ਕਲੇਰ ਦੀ ਰਿਪੋਰਟ। ਮੈਂ ਇੰਸਪੈਕਟਰ ਰੁਪਿੰਦਰ ਕੌਰ ਹੈ, ਮੈਂ ਇਸ ਟਾਈਮ SHO ਸਦਰ ਬਰਨਾਲਾ, ਡਿਸਟ੍ਰਿਕਟ ਬਰਨਾਲਾ ਵਿਖੇ ਤੈਨਾਤ ਹਾਂ। ਕੁਝ ਦਿਨ ਪਹਿਲਾਂ ਸਾਨੂੰ ਜਿਹੜੀ ਇੱਕ ਔਨਲਾਈਨ ਵੀਡੀਓ ਮਿਲੀ ਸੀ, ਜਿਹਦੇ ਵਿੱਚ ਜਿਹੜੇ ਨੌਜਵਾਨ ਮੁੰਡੇ ਨੇ, ਸਕੂਲ ਦੇ ਬੱਚੇ ਨੇ, ਸਕੂਲ ਦੀਆਂ ਯੂਨੀਫੋਰਮਾਂ ਦੇ ਵਿੱਚ ਉਹ ਬੁਲਟ ਅਤੇ ਪਟਾਕੇ ਵਗੈਰਾ ਪਾ ਰਹੇ ਸੀਗੇ ਅਤੇ ਪਲੱਸ ਉਹ ਜਿਹੜੀਆਂ ਰੀਲਸ ਵਗੈਰਾ ਬਣਾ ਰਹੇ ਸੀ ਗੱਡੀਆਂ ਦੇ ਵਿੱਚੋਂ ਬਾਹਰ ਨਿਕਲ ਕੇ। ਅਤੇ ਸਾਨੂੰ ਪਹਿਲਾਂ ਵੀ ਕਾਫੀ ਕੰਪਲੇਂਟਸ ਆਈਆਂ ਸੀਗੀਆਂ ਕਿ ਜਿਹੜੇ ਨੌਜਵਾਨ ਬੱਚੇ ਨੇ ਇੱਦਾਂ ਸੜਕਾਂ 'ਤੇ ਹੁੱਲੜਬਾਜ਼ੀ ਕਰਦੇ ਨੇ, ਪਟਾਕੇ ਪਾਉਂਦੇ ਨੇ ਆਮ ਪਬਲਿਕ ਨੂੰ, ਜਿਹਦੇ ਕਰਕੇ ਬਹੁਤ ਸਾਰੀਆਂ ਤਕਲੀਫਾਂ ਦਾ ਸਾਹਮਣਾ ਕਰਨਾ ਪੈਂਦਾ। ਤਾਂ ਜਦੋਂ ਸਾਨੂੰ ਇਹ ਕੰਪਲੇਂਟ ਮਿਲੀ ਤਾਂ ਸਾਡੇ ਜਿਹੜੇ ਮਾਣਯੋਗ SSP ਸਾਹਿਬ ਨੇ, ਅਸੀਂ ਉਹਨਾਂ ਦੇ ਦਿਸ਼ਾ ਨਿਰਦੇਸ਼ਾਂ ਦਾ ਪਾਲਣਾ ਕਰਦੇ ਹੋਏ ਇਹਨਾਂ 'ਤੇ ਐਕਸ਼ਨ ਲਿਆ। ਤਾਂ ਸੱਠਾਣਾ ਸਦਰ ਦੇ ਅੰਡਰ ਚੌਂਕੀ ਪੈਂਦੀ ਹੈ, ਚੌਂਕੀ ਪੱਖੋਂ ਕੇ ਕਲਾਂ, ਜਿਸ ਦੇ ਇੰਚਾਰਜ ਹੈਗੇ SI ਬਲਜਿੰਦਰ ਸਿੰਘ ਜੀ ਨੇ। ਤਾਂ ਇਹ ਜਿਹੜੇ ਹੈਗੇ ਉਹਨਾਂ ਨੇ ਤੁਰੰਤ ਹੀ ਇਸ ਜਿਹੜੇ ਹੈਗੇ ਨੇ ਬੱਚੇ ਸੀਗੇ ਜਿਹੜੇ ਕਰ ਰਹੇ ਸੀਗੇ ਇੱਦਾਂ ਦਾ, ਉਹਨਾਂ ਨੂੰ ਰਾਊਂਡ ਅਪ ਕੀਤਾ ਗਿਆ। ਰਾਊਂਡ ਅਪ ਕਰਕੇ ਵੀ ਜਿਹੜੀਆਂ ਹੈਗੇ ਨੇ 3 ਬੁਲਟ ਮੋਟਰਸਾਈਕਲ ਸੀਗੇ ਅਤੇ 2 ਗੱਡੀਆਂ ਸੀਗੀਆਂ। ਤਾਂ ਉਹਨਾਂ ਦਾ ਜਿਹੜਾ ਐਜ ਏ ਪਰ ਲੋ ਕਾਨੂੰਨ ਦੇ ਅਨੁਸਾਰ ਜਿਹੜੀ ਉਹਨਾਂ 'ਤੇ ਬਣਦੀ ਕਾਰਵਾਈ ਕੀਤੀ ਗਈ, ਉਹਨਾਂ ਦੇ ਚਲਾਨ ਕੱਟੇ ਗਏ ਅਤੇ ਪਲੱਸ ਉਹਨਾਂ ਨੂੰ ਵਾਰਨਿੰਗ ਦਿੱਤੀ ਗਈ ਤਾਂ ਕਿ ਉਹ ਅੱਗੇ ਤੋਂ ਇੱਦਾਂ ਨਾ ਕਰਨ। ਇਸ ਤੋਂ ਇਲਾਵਾ ਅਸੀਂ ਸੋਸ਼ਲ ਮੀਡੀਆ ਰਾਹੀਂ ਵੀ ਅਤੇ ਵੈਸੇ ਵੀ ਅਸੀਂ ਨੌਜਵਾਨ ਬੱਚਿਆਂ ਨੂੰ ਅਪੀਲ ਕਰਦੇ ਹਾਂ ਕਿ ਜਦੋਂ ਵੀ ਉਹ ਬਾਈਕ ਵਗੈਰਾ ਚਲਾਉਂਦੇ ਨੇ ਤਾਂ ਉਹ ਇੱਦਾਂ ਦੇ ਸਟੰਟਬਾਜ਼ੀਆਂ ਨਾ ਕਰਨ, ਕਿਉਂਕਿ ਇੱਦਾਂ ਦੀਆਂ ਸਟੰਟਬਾਜ਼ੀਆਂ ਕਰਦੇ ਸਮੇਂ ਜਾਂ ਬੁਲਟ ਦੇ ਪਟਾਕੇ ਪਾਉਂਦੇ ਸਮੇਂ ਜਾਂ ਜਿਹੜੀਆਂ ਅੱਜ ਕੱਲ੍ਹ ਇੰਸਟਾਗ੍ਰਾਮ ਲਈ ਰੀਲਾਂ ਬਣਾ ਰਹੇ ਨੇ ਤਾਂ ਉਸ ਸਮੇਂ ਜਿਹੜੇ ਬਹੁਤ ਖਤਰਨਾਕ ਹਾਦਸੇ ਵਾਪਰ ਜਾਂਦੇ ਨੇ, ਕਈ ਵਾਰ ਉਹਨਾਂ ਦੇ ਖੁਦ ਐਕਸੀਡੈਂਟ ਹੋ ਜਾਂਦੇ ਨੇ ਜਾਂ ਕਈ ਵਾਰੀ ਉਹ ਨਾਲ ਕਿਸੇ ਹੋਰ ਅੱਗੇ ਕਿਸੇ ਵਹੀਕਲ ਦੇ ਐਕਸੀਡੈਂਟ ਹੋ ਜਾਂਦੇ ਨੇ, ਤਾਂ ਉਹਦੇ ਵਿੱਚ ਕਈ ਬੱਚਿਆਂ ਦੀਆਂ ਕੀਮਤੀ ਜਾਨਾਂ ਵੀ ਗਈਆਂ ਨੇ ਜਾਂ ਲਾ ਲਓ ਉਹਨਾਂ ਦੀ ਕੋਈ ਲਾਈਫ ਟਾਈਮ ਦੀ ਇੰਜਰੀ ਵੀ ਹੋ ਜਾਂਦੀ ਹੈ। ਤਾਂ ਇਹ ਸਾਡੀ ਅਪੀਲ ਹੈ ਕਿ ਉਹ ਇਹ ਚੀਜ਼ਾਂ ਨੂੰ ਬੰਦ ਕਰ ਦੇਣ, ਅਦਰਵਾਈਜ਼ ਜੇ ਉਹ ਇਹ ਚੀਜ਼ਾਂ ਨਹੀਂ ਬੰਦ ਕਰਨਗੇ ਤਾਂ ਐਜ਼ ਪਰ ਲੋ ਕਾਨੂੰਨ ਦੇ ਅਨੁਸਾਰ ਜਿਹੜੀਆਂ ਵੀ ਉਹਨਾਂ 'ਤੇ ਬਣਦੀ ਕਾਰਵਾਈ ਉਹ ਅਮਲ ਦੇ ਵਿੱਚ ਲਿਆਂਦੀ ਜਾਏਗੀ। ਤਾਂ ਇਸ ਲਈ ਇੱਕ ਵਾਰ ਅਸੀਂ ਫਿਰ ਤੋਂ ਇਹਨਾਂ ਨੂੰ ਅਪੀਲ ਹੀ ਕਰ ਰਹੇ ਹਾਂ ਇੱਕ ਵਾਰ, ਕਿਉਂਕਿ ਇੱਕ ਵਾਰੀ ਅਸੀਂ ਚਾਹੁੰਦੇ ਹਾਂ ਵੀ ਇਹਨਾਂ ਨੂੰ ਵਾਰਨਿੰਗ ਦਿੱਤੀ ਜਾਵੇ ਤਾਂ ਕਿ ਜਿਹੜੇ ਬੱਚੇ ਨੇ ਉਸ ਚੀਜ਼ ਨੂੰ ਇਗਨੋਰ ਕਰਨ। ਬਟ ਜੇ ਫਿਰ ਵੀ ਕੋਈ ਨਹੀਂ ਕਰੇਗਾ ਜਾਂ ਹੁੱਲੜਬਾਜ਼ੀ ਕਰੇਗਾ, ਕੋਈ ਪਟਾਕੇ ਪਾਏਗਾ, ਟ੍ਰੈਫਿਕ ਨਿਯਮਾਂ ਦੀ ਜਿਹੜੀ ਉਲੰਘਣਾ ਕਰੇਗਾ, ਤਾਂ ਉੱਥੇ ਐਜ਼ ਪਰ ਲੋ ਬੰਦੀ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ।